ਡਾਕਟਰ ਵਰੀਅਮ ਸੰਧੂ ਦੀ ਕਹਾਣੀ ਹੈ ਆਪਣਾ ਆਪਣਾ ਹਿੱਸਾ ਮੱਝ ਨੂੰ ਬਾਹਰ ਕੱਢ ਕੇ ਖੁਰਲੀ ਚ ਤੂੜੀ ਤੇ ਚਟਾਲਾ ਰਲਾਉਂਦਿਆਂ ਕੁਦੂ ਨੇ ਮੱਝ ਦੀਆਂ ਨਾਸਾਂ 'ਚ ਉੱਡਦੀ ਹਵਾੜ ਨੂੰ ਤੱਕਿਆ ਤੇ ਧਾਰ ਕੱਢਣ ਲਈ ਬਾਲਟੀ ਲਿਆਉਣ ਵਾਸਤੇ ਆਵਾਜ਼ ਦਿੱਤੀ ਫਿਰ ਮੱਝ ਦੇ ਪਿੰਡੇ ਤੇ ਪਾਈ ਗੋਹੇ ਨਾਲ ਲਿਬੜੀ ਪਾਟੀ ਦਰੀ ਨੂੰ ਸੋਧ ਕੀਤਾ ਤੇ ਪਾਲੇ ਨਾਲ ਕੰਬਦੇ ਅੰਗਾਂ ਨੂੰ ਕਾਬੂ 'ਚ ਕਰਨ ਦੀ ਕੋਸ਼ਿਸ਼ ਕਰਦਾ ਧੁੰਦ ਚੋਂ ਦੂਰ ਚੜ੍ਹਦੇ ਸੂਰਜ ਵੱਲ ਵੇਖਣ ਲੱਗਾ ਪਰ ਧੁੰਦ ਤਾਂ ਸੂਰਜ ਨੂੰ ਇੰਜ ਨੱਪ ਕੇ ਬੈਠੀ ਸੀ ਜਿਵੇਂ ਕੋਈ ਤਕੜਾ ਪਹਿਲਵਾਨ ਮਾੜੇ ਪਹਿਲਵਾਨ ਦੀ ਗਿੱਚੀ ਤੇ ਗੁੱਡਾ ਦਿੱਤੀ ਬੈਠਾ ਹੋਵੇ। ਖੁੱਦੂ ਦਾ ਹੱਥ ਸਹਿਜੇ ਉਹਦੀ ਧੌਣ ਤੇ ਚਲਾ ਗਿਆ। ਕਈ ਸਾਲ ਪਹਿਲਾਂ ਪਹਿਲਵਾਨੀ ਕਰਦਿਆਂ ਉਹਨੇ ਆਪਣੇ ਉਸਤਾਦ ਜਿੰਦੇ ਪਧਰੀ ਵਾਲੇ ਦੇ ਤੇ ਹੋਰ ਪਹਿਲਵਾਨਾਂ ਦੇ ਗੁੱਡਿਆਂ ਦੀ ਮਾਰ ਜ਼ੋਰ ਕਰਦਿਆਂ ਤੇ ਕੁਲਦਿਆਂ ਛੱਲੀ ਸੀ। ਹੁਣ ਵੀ ਉਹਦੀ ਵਿਸ਼ੇਸ਼ਤਾ ਧੌਣ ਨਾਲੋਂ ਢਾਂਚ ਵਧੇਰੇ ਰਹੀ ਸੀ। ਇਸੇ ਲਈ ਤਾਂ ਉਹਨਾਂ ਦੇ ਪਿੰਡ ਦੇ ਬਾਬੇ ਝਰਲ ਨੇ ਉਹਨੂੰ ਮੁਖੌਲ ਨਾਲ ਕਿਹਾ ਸੀ ਓਏ ਧਰਮਿਆ ਭੈਣ ਦੇਣਿਆ ਕਿ ਡਾ ਤੇਰਾ ਸਰੀਰ ਜੇ ਰੋਜ਼ ਢਹਿਣ ਦਾ ਹੀ ਕੰਮ ਫੜਨਾ ਸੀ ਤਾਂ ਇਦੋਂ ਚੰਗਾ ਸੀ ਕੰਜਰਾ ਤੇਰੇ ਸਰੀਰ ਚੋਂ 모ਛੇ ਕਰਕੇ ਦੋ ਬੰਦੇ ਬਣ ਜਾਂਦੇ ਇੱਕ ਹਲਵਾਇਆ ਕਰਦਾ ਤੇ ਇੱਕ ਪੱਠੇ ਪਾਉਂਦਾ ਰੱਬ ਵੀ ਸੋਰੇ ਨੂੰ ਟਕੇ ਦੀ ਅਕਲ ਨਹੀਂ ਤੇ ਸਾਰੇ ਭਰਾਵਾਂ ਚੋਂ ਛੋਟਾ ਧਰਮਾ ਕੁਦੂ ਹੀ ਰਹਿ ਗਿਆ ਸੀ ਹੁਣ ਉਹ ਨਾ ਪਹਿਲਵਾਨ ਸੀ ਨਾ ਹੀ ਧੌਣ ਉੱਤੇ ਕਿਸੇ ਦੇ ਗੋਡੇ ਦਾ ਡਰ ਫਿਰ ਵੀ ਉਹਨੂੰ ਲੱਗਾ ਕਿ ਉਹਦੀ ਧੌਣ ਜਿਵੇਂ ਪੀੜ ਕਰ ਰਹੀ ਹੋਵੇ। ਉਹਦੀ ਧੌਣ ਤੇ ਕਿਹਦਾ ਗੋਡਾ ਸੀ? ਮੱਝ ਚੋਣ ਲਈ ਪਹਾੜਾਂ ਤੇ ਬਾਲਟੀ ਲਈ ਆਉਂਦੀ ਭੈਣ ਬੱਚ ਨੂੰ ਜਿਹੜੀ ਮਾਂ ਦੇ ਮਰਨ ਤੇ ਜਿਸ ਦਿਨ ਦੀ ਸਹੁਰਿਆਂ ਆਈ ਸੀ ਇੱਥੇ ਹੀ ਸੀ। ਕੁਦੂ ਨੂੰ ਬਾਲਟੀ ਫੜਾ ਕੇ ਪੱਠਿਆਂ ਤੇ ਆਟਾ ਧੂੜਨ ਲੱਗੀ। ਕੁਦੂ ਮੱਝ ਦੇ ਪਿੰਡੇ ਤੇ ਥਾਪੀ ਮਾਰ ਕੇ ਬਹਿ ਗਿਆ। ਹਾਂ ਵੀਰੋ ਵੇਖੇ ਨਾ ਦੋਵੇਂ ਵੱਡੇ ਭਾਉ ਆਉਣ ਹੀ ਵਾਲੇ ਨੇ। ਵੱਡਾ ਭਾਉ ਰਾਤ ਦਾ ਕਰਮ ਸੋ ਮੂੰਹ ਕੋਲ ਡੇ ਤੇ ਆ ਗਿਆ ਹੁਣੇ ਵੇਖੇ ਨਾ ਤੂੰ ਜਿਹੜਾ ਸਾਹਿਬ ਕਿਤਾਬ ਬਣਦਾ ਉਹਨਾਂ ਨਾਲ ਲਵੇੜ ਨਵੇੜ ਲੈ ਵੇਖੇ ਨਾ ਮਾਂ ਦਾ ਕੱਠ ਵੀ ਕਰਨਾ ਹੋਇਆ ਉਹਦੇ ਫੁੱਲ ਵੀ ਹਰ ਦੁਆਰ ਲੈ ਕੇ ਜਾਣੇ ਆ ਸਿਆਣਿਆਂ ਆਖਿਆ ਲੇਖਾ ਮਾਵਾਂ ਧੀਆਂ ਦਾ ਵੇਖੇ ਨਾ ਕੋਦ ਨੂੰ ਬੜੀ ਖੇਜਾਈ ਇਹ ਹੋ ਗਈ ਵੱਡੀ ਬੇਬੇ ਮੈਨੂੰ ਮਤਾਂ ਦੇਣ ਵਾਲੀ ਉਹ ਆਪ ਤੋਂ ਛੋਟੀ ਬਚਨੋਂ ਬਾਰੇ ਸੋਚਦਾ ਜ਼ਹਿਰੀ ਥੁੱਕ ਅੰਦਰ ਲੰਗਾ ਗਿਆ ਕਲ ਦੀ ਭੂਤਨੀ ਬਚਨੋਂ ਬੋਲੀ ਜਾ ਰਹੀ ਸੀ ਵੇਖੇ ਨਾ ਮੈਨੂੰ ਪਤਾ ਤੇਰਾ ਹੱਥ ਤੰਗਾ ਪਰ ਇਹ ਕੰਮ ਵੀ ਅਕਸਰ ਕਰਨੇ ਹੋਏ ਮੈਂ ਤਾਂ ਵੱਡਿਆਂ ਨੂੰ ਵੀ ਆਖਿਆ ਸੀ ਤੁਹਾਡਾ ਸਰਦ ਹੈ ਤੁਹਾਡਾ ਹੱਥ ਖੁੱਲ ਹੈ ਕੋਈ ਨਹੀਂ ਵੇਖੇ ਨਾ ਉਹ ਅੱਗੋਂ ਆਂਦੇ ਅਸੀਂ ਖਾਣ ਲਈ ਦਾਣੇ ਖੜਦੇ ਆ ਤੇ ਜ਼ਮੀਨ ਵੀ ਇਹ ਮੁਫਤ ਚ ਵਹੀ ਜਾਂਦਾ ਵੇਖੇ ਨਾ ਸਾਰੇ ਤੇਰੇ ਭਾਈ ਯਰਗੇ ਕਿਵੇਂ ਹੋ ਜਾਣ ਸਾਰੇ ਮੁਲਕ ਤੇ ਭੈਣਾ ਆਪਣਾ ਹਿੱਸਾ ਲਈ ਜਾਂਦੀਆਂ ਪਰ ਉਹਨੇ ਕਦੀ ਇੱਕ ਵਾਰ ਵੀ ਨਹੀਂ ਆਖਿਆ ਖੁੱਦੂ ਜਿਵੇਂ ਗੱਲ ਤੇ ਡੱਕਾ ਦਿੱਤੀ ਬੈਠਾ ਸੀ ਚੀਕ ਹੀ ਪਿਆ ਉਹ ਤੂੰ ਵੀ ਲੈ ਜਾ ਉਹ ਵੀ ਲੈ ਜਾਣ ਜਮੀਨ ਸੌਰੀ ਨੇ ਬੜਾ ਮੈਨੂੰ ਕਾਰੂੰ ਪਾਸ਼ਾ ਬਣਾਤਾ ਉੱਚੀ ਚਿਕਵੀ ਆਵਾਜ਼ ਸੁਣ ਕੇ ਤੇ ਜ਼ੋਰ ਨਾਲ ਥਾਣ ਨੱਪਿਆ ਜਾਣ ਕਰਕੇ ਮੱਝ ਪੁੜਕ ਪਈ ਖੁੱਦੂ ਚਿੱਤੜਾਂ ਭਰਨੇ ਡਿੱਗ ਪਿਆ ਬਚਾਉਂਦਿਆਂ ਵੀ ਥੋੜਾ ਕ ਦੁੱਧ ਡੋਲ ਹੀ ਗਿਆ ਉਸ ਉੱਠ ਕੇ ਥੋੜਾ ਚੁੱਕ ਲਿਆ ਤੇ ਮੱਝ ਤੇ ਕੌੜ ਕੌੜ ਵਰ ਪਿਆ ਵੇਖੇ ਨਾ ਸਿੱਧਿਆਂ ਨੂੰ ਪੁੱਠਾ ਆਉਂਦਾ ਬੁੜਬੁੜਾਉਂਦੀ ਬਚਨੋਂ ਭੂੰ ਭੂੰ ਕਰਦੀ ਬਾਲਟੀ ਫੜ ਕੇ ਤੁਰ ਪਈ ਇਹਨੇ ਬੇਜ਼ਬਾਨ ਨੇ ਤੇਰਾ ਕੀ ਵਿਗਾੜਿਆ ਹੈ ਚੌਂਕੇ ਚੂਟਕੇ ਕੁੱਦੂ ਦੀ ਪਤਨੀ ਰਤਨੀ ਜੀ ਕੀ ਹੋਰ ਨਾ ਦਾ ਸਾੜ ਵਿਚਾਰੇ ਪਸ਼ੂ ਤੇ ਕਿਉਂ ਕੱਢਦਾ ਫਿਰਦਾ ਮੱਝ ਡਰ ਕੇ ਖੁਰਲੀ ਦੇ ਇੱਕ ਬੰਨੇ ਕੰਨ ਖੜੇ ਕਰਕੇ ਡੈਂਬਰੀਆਂ ਅੱਖਾਂ ਨਾਲ ਖਿਮਾਂ ਯਾਚਨਾ ਦੀ ਮੋਦਰਾ ਜਿ ਖੜੀ ਕੰਬੀ ਜਾ ਰਹੀ ਸੀ ਦੂਰੋਂ ਮੋਟਰਸਾਈਕਲ ਦੀ ਆਵਾਜ਼ ਸੁਣਾਈ ਦਿੱਤੀ। ਕੁਦੂ ਡੰਗਰਾਂ ਦੀਆਂ ਖੁਰਲੀਆਂ ਜਿਵੇਂ ਹੱਥ ਮਾਰਨ ਲੱਗ ਪਿਆ। ਕੁੱਤਿਆਂ ਦੇ ਭੌਂਕਣ ਦੇ ਨਾਲ-ਨਾਲ ਆਵਾਜ਼ ਨੇੜੇ ਆਉਂਦੀ ਗਈ ਤੇ ਥੋੜੀ ਦੇਰ ਬਾਅਦ ਮੋਟਰਸਾਈਕਲ ਉਹਨਾਂ ਦੇ ਦਰਵਾਜ਼ੇ ਅੱਗੇ ਆ ਖੜਾ ਹੋਤਾ। ਰਤਨੀ ਨੇ ਸਿਰ ਤੇ ਪੱਲਾ ਲੈਂਦਿਆਂ ਡਿਊਟੀ ਦਾ ਦਰਵਾਜ਼ਾ ਖੋਲਿਆ। ਉਹਦੇ ਦੋਵੇਂ ਜੇਠ ਸਵਰਨ ਸਿੰਘ ਤੇ ਕਰਮ ਸਿੰਘ ਉਹਨਾਂ ਮੋਟਰਸਾਈਕਲ ਡਿਊਟੀ 'ਚ ਲੰਗਾ ਕੇ ਕੱਚੇ ਮੇੜੇ 'ਚ ਖੜਾ ਕਰਤਾ। ਵਡੇ ਸਵਰਨ ਸਿੰਘ ਨੇ ਆਪਣੀਆਂ ਅੱਖਾਂ ਤੋਂ ਐਨਕਾ ਲਾਈਆਂ ਰੁਮਾਲ ਨਾਲ ਉਹਨਾਂ ਨੂੰ ਸਾਫ਼ ਕੀਤਾ ਤੇ ਫਿਰ ਦਸਤਾਨੇ ਪਹਿਨੇ ਹੱਥਾਂ ਨਾਲ ਓਵਰਕੋਟ ਤੋਂ ਸਿਲ ਪੁੰਜਦਾ ਜਿਉੜੀ ਚ ਪਈ ਆਪਣੇ ਪਿਓ ਬਿਸ਼ਨ ਸਿੰਘ ਦੇ ਬਿਸਤਰੇ ਵੱਲ ਵਧੀਆ ਛੋਟੇ ਕਰਮ ਸਿੰਘ ਨੇ ਗਰਮ ਲੋਈ ਦੀ ਬੁੱਕਲ ਸਵਾਰੀ ਤੇ ਤਿੱਲੇ ਵਾਲੀ ਜੁੱਤੀ ਹੀਠਾਂ ਲੱਗਾ ਗੋਹਾ ਉਤਾਰਨ ਲਈ ਪੈਰ ਨੂੰ ਚੌਂਦਰੇ ਦੀ ਵਾਟ ਨਾਲ ਖਸਾਉਂਦਿਆਂ ਬਚਨੋ ਵੱਲ ਮੂੰਹ ਕੀਤਾ ਕੁਦ ਕਿਥੇ ਆ ਬੱਚਾ ਉਹਨੇ ਬੁੱਕਲ ਚੋਂ ਬਾਹਰ ਕੱਢ ਕੇ ਡੰਗਰਾਂਲ ਕੀਤੀ ਜਿੱਥੇ ਮੋਟਰਸਾਈਕਲ ਦੇ ਖੜਾਕ ਨਾਲ ਕਿੱਲਾ ਪੁੱਟ ਗਈ ਗਏ ਬੈੜ ਕੇ ਨੂੰ ਕੁੱਦੂ ਫੜ ਰਿਆ ਸੀ ਉਹ ਆ ਵੀ ਪਹਿਲਵਾਨ ਰਤਬ ਮਸ਼ਵਰਾ ਕਰ ਲਈਏ ਪਾਜੀ ਹੋਰਾਂ ਤੋਂ ਵੀ ਰੋਜ਼ ਰੋਜ਼ ਛੁੱਟੀ ਨਹੀਂ ਆਇਆ ਜਾਂਦਾ ਤੇ ਮੈਨੂੰ ਹੀ ਸੌ ਕੰਮ ਰਹਿੰਦੇ ਆ ਨਾਲੇ ਬੁੱਢੜੀ ਦੇ ਫੁੱਲ ਜੇ ਤੂੰ ਜਾਣਾ ਤੂੰ ਸਹੀ ਤੇ ਜੇ ਮੈਂ ਜਾਣਾ ਤਾਂ ਮੈਂ ਸਹੀ ਗੰਗਾ ਪਾ ਆਈਏ ਆਣਾ ਕੁੱਦੂ ਨੇ ਬੇਪਰਵਾਹੀ ਨਾਲ ਜਵਾਬ ਦਿੱਤਾ ਤੇ ਫੁੱਟੇ ਹੋਏ ਕਿਲੇ ਨਾਲ ਬੱਜਾ ਬੈਠ ਕੇ ਦਾ ਰੱਸਾ ਖੋਲਦਾ ਆਪਣੇ ਮੁੰਡੇ ਨੂੰ ਕਹਿਣ ਲੱਗਾ ਉਹ ਕਾਕੂ ਮੰਜਾ ਕੱਢ ਕੇ ਬਾਪੂ ਕੋਲ ਡੇਉੜੀ ਛੜਾ ਇਹ ਤੋਂ ਪਹਿਲਾਂ ਕਿ ਕਾਕੂ ਮੰਜਾ ਲਿਆਉਂਦਾ ਬੁੱਢੇ ਕਿਸ਼ਨ ਸਿੰਘ ਨੇ ਕਿਹਾ ਕਾਕੂ ਖੁਰਸੀ ਲਿਆ ਤੇ ਸਿੱਧਾ ਹੋ ਕੇ ਇੱਕ ਪਾਸੇ ਨੂੰ ਖਿਸਕ ਕੇ ਬੈਠ ਗਿਆ ਤੇ ਸਵਰਨ ਸਿੰਘ ਲਈ ਉਹਨਾਂ ਚਿਰ ਬੈਠਣ ਲਈ ਮੰਜੀ ਤੇ ਥਾਂ ਖਾਲੀ ਕਰ ਦਿੱਤੀ ਪਰ ਸਵਰਨ ਸਿੰਘ ਪੱਗ ਦਾ ਪੱਲਾ ਠੀਕ ਕਰਦਾ ਮੰਜੀ ਲਾਗੇ ਖੜੋਤਾ ਦਾੜੀ ਭਲੋਸਣ ਲੱਗਾ ਸਵਰਨ ਸਿੰਘ ਤਿੰਨਾਂ ਭਰਾਵਾਂ 'ਚ ਸਭ ਤੋਂ ਵੱਡਾ ਤੇ ਪੜਿਆ ਲਿਖਿਆ ਸੀ ਆਪਣੀ ਹਿੰਮਤ ਨਾਲ ਪੜ ਕੇ ਓਵਰ ਸੀਰ ਲੱਗ ਗਿਆ ਸੀ ਤੇ ਚੰਗੀ ਕਮਾਈ ਕਰਦਾ ਸੀ ਉਹ ਸ਼ਹਿਰੀ ਕੋਠੀ ਪਾ ਕੇ ਰਹਿ ਰਿਹਾ ਸੀ ਇੱਕੋ ਇੱਕ ਧੀ ਉਹਨੇ ਚੰਗੇ ਘਰ ਵਿਆਹ ਲਈ ਸੀ ਦੋਵੇਂ ਮੁੰਡੇ ਵੀ ਚੰਗੀਆਂ ਨੌਕਰੀਆਂ ਤੇ ਲੱਗੇ ਸਨ ਚੰਗੇ ਤੇ ਵੱਡੇ ਲੋਕਾਂ ਨਾਲ ਉਹਦਾ ਸੰਪਰਕ ਸੀ ਲੈਣ ਦੇਣ ਸੀ ਮਿਲਵਰਤਨ ਸੀ ਉਹਦਾ ਇੱਕ ਆਪਣਾ ਹੀ ਵਿਸ਼ੇਸ਼ ਦਾਇਰਾ ਬਣ ਚੁੱਕਾ ਸੀ ਪਿੰਡੋਂ ਦਾ ਆਉਣ ਜਾਣ ਘਾਟੀ ਸੀ ਤੇ ਜਿਹੜੀ 2 2.5 ਕਿੱਲੇ ਜ਼ਮੀਨ ਉਹਦੇ ਹਿੱਸੇ ਆਉਂਦੀ ਸੀ ਉਹ ਕੁਦੂ ਹੀ ਵਾਂਦਾ ਸੀ ਤੇ ਉਹ ਬਕਾਲ ਉਹਦੇ ਖਾਣ ਪੀਣ ਲਈ ਖਾਣ ਲਈ ਸਾਲ ਦੇ ਦਾਣੇ ਹੀ ਖੜਦਾ ਸੀ ਤੇ ਆਪਣੇ ਅੰਗਾ ਸਾਕਾਂ ਤੇ ਯਾਰਾਂ ਦੋਸਤਾਂ 'ਚ ਉਹ ਹੀ ਕਹਿੰਦਾ ਸੀ ਕਿ ਉਹਨੇ ਜ਼ਮੀਨ ਕੁਦੂ ਨੂੰ ਮੁਫਤੀ ਦਿੱਤੀ ਹੋਈ ਹੈ ਕਾਕੂ ਕੁਰਸੀ ਲੈ ਆ ਲੋਹੇ ਦੀ ਇੱਕੋ ਇੱਕ ਕੁਰਸੀ ਬੜੇ ਸਾਲਾਂ ਤੋਂ ਉਹਨਾਂ ਦੇ ਘਰ ਸੀ ਪੁੱਤ ਕੁਰਸੀ ਤੇ ਕੱਪੜਾ ਫੇਰ ਲੈ ਜਰਾ ਬੁੱਢੜੇ ਵਿਸ਼ਨ ਸਿੰਘ ਨੇ ਆਪਣੀ ਉੱਡੇ ਰੰਗ ਵਾਲੀ ਖੱਦਰ ਤੇ ਅਮਰੇ ਦੀ ਰਜਾਈ ਨੂੰ ਠੀਕ ਕੀਤਾ ਤੇ ਆਪਣੇ ਕੇਸਾਂ ਦੀ ਜਟੂਰੀ ਕਰਕੇ ਕੰਬਦੇ ਹੱਥਾਂ ਨਾਲ ਮੈਲੀ ਪੱਗ ਸਿਰ ਤੇ ਲਪੇਟਣ ਲੱਗਾ। ਵਿਸ਼ਨ ਸਿੰਘ ਜਦੋਂ ਵੀ ਸਵਰਨ ਸਿੰਘ ਦੇ ਸਾਹਮਣੇ ਹੁੰਦਾ ਸੀ ਉਹਦੀ ਅਵਸਥਾ ਇੰਜੀ ਹੁੰਦੀ ਜਿਵੇਂ ਕੋਈ ਜੱਟ ਤਹਿਸੀਲਦਾਰ ਦੇ ਸਾਹਮਣੇ ਖੜਾ ਹੋਵੇ। ਉਹਨੂੰ ਕਿਸੇ ਹੋਰ ਹੀ ਮਿੱਟੀ ਦਾ ਬੜਿਆਂ ਲੱਗਦਾ ਜਿਹੜੀ ਡਾਡ ਸਾਫ ਵਧੀਆ ਤੇ ਚਿਕਣੀ ਹੋਵੇ ਜਿਹਦੇ ਖਬਰੇ ਗੁੱਡੀਆਂ ਤੇ ਬਾਵੇ ਬਣਦੇ ਆ। ਤੇ ਸਵਰਨ ਦੇ ਰਹਿਣ ਸਹਿਣ ਤੇ ਉਹਦੀ ਪੋਚਾ ਪਾਚੀ ਦੇ ਸਾਹਮਣੇ ਉਹ ਆਪਣੇ ਆਪ ਨੂੰ ਡਾਡਾ ਖੁਰਦਰਾ ਜਿਹਾ ਮਹਿਸੂਸ ਕਰਦਾ। ਇਸ ਲਈ ਸ਼ਹਿਰ ਜਾ ਕੇ ਉਹ ਕਦੇ ਵੀ ਸਵਰਨ ਦੇ ਘਰ ਦੇ ਕੁਲੇ ਜਿਹੇ ਮਾਹੌਲ ਬਹੁਤੀ ਦੇ ਟਿਕ ਨਹੀਂ ਸੀ ਸਕਿਆ। ਉਹਨੂੰ ਲੱਗਦਾ ਜਿਵੇਂ ਉਹਦੇ ਪੈਰ ਉਸ ਘਰ 'ਚ ਠੀਕ ਤਰ੍ਹਾਂ ਨਾ ਉੱਠ ਰਹੇ ਹੋਣ। ਉਹਦੀ ਨੂੰਹ ਤੇ ਪੁੱਤਰੇ-ਪੋਤਰੀਆਂ ਉਹਨੂੰ ਜਿਵੇਂ ਘੂਰ-ਘੂਰ ਵੇਖਦੇ ਹਨ। ਉਹਨੂੰ ਲੱਗਦਾ ਜਿਵੇਂ ਕੋਈ ਮਿੱਟੀ ਦੇ ਘੁਰਨੇਆਂ 'ਚ ਖੇਡਦੇ ਸਹਿ ਨੂੰ ਸੰਗ ਮਰਮਰ ਦੀ ਗੁਫਾ 'ਚ ਛਾੜ ਆਇਆ ਹੋਵੇ। ਕਾਕੂ ਨੇ ਕੁਰਸੀ ਸਾਫ਼ ਕਰਤੀ। ਵਿਸ਼ਨ ਸਿੰਘ ਸਵਰਨ ਨੂੰ ਵਜਨ ਜਬਾ ਉਹ ਵਜਨ ਵਿੱਚ ਸੰਬੋਧਨ ਕਰਨ ਦੀ ਦੋ ਚਿੱਤੀ ਜੀ ਸੀ ਕਿਸ स्वर्ण ਕੁਰਸੀ ਤੇ ਬੈਠ ਗਿਆ ਅਜੇ ਸਮੇ ਬਿਸ਼ਨ ਸਿੰਘ ਕਈ ਵਾਰ ਆਪਣੇ ਆਪ ਤੇ ਡਾਡਾ ਕੱਚਾ ਜਿਹਾ ਹੁੰਦਾ ਉਹਦਾ ਆਪਣਾ ਆਪ ਹੁੰਘਾਰਾ ਉੱਠਦਾ ਇਹ ਕਿਹੜਾ ਵੈਸ ਰਾਏ ਦਾ ਬੀ ਹੈ ਮੇਰਾ ਮੁੰਡਾ ਹੀ ਹੈ ਮੈਂ ਕਿਉਂ ਤੇ ਕਰਮ ਸਿੰਘ ਆਪ ਹੀ ਮੰਝਾ ਚੁੱਕੇ ਡਿਊਟੀ ਚ ਲੈ ਆਇਆ ਉਹ ਕੁਦੂ ਤੋਂ 2 ਸਾਲ ਵੱਡਾ ਸੀ ਪੜ੍ਹਾਈ ਵੱਲੋਂ ਲਾਪਰਵਾਹ ਤੇ ਸ਼ਰਾਰਤਾਂ ਚ ਨੰਬਰ 1 ਉਸੰਤੀ ਮਹਿਰੀ ਦੇ ਬਾਲਣ ਚ ਬਸਤਾ ਲੁਕਾ ਕੇ ਹਾਨੀਆਂ ਨਾਲ ਖਿੱਦੋ ਖੁੰਡੀ ਖੇਡਾਂ ਨਿਕਲ ਜਾਂਦਾ ਤੇ ਛੁੱਟੀ ਹੋਣ ਸਮੇ ਬਸਤਾ ਚੁੱਕ ਘਰ ਜਾਵੜਦਾ ਛੋਟਾ ਹੋਣ ਕਰਕੇ ਕੋਦੂ ਉਹਦੇ ਨਾਲ ਰਹਿੰਦਾ ਇਕੱਠੇ ਸਕੂਲ ਗਏ ਇਕੱਠੇ ਪੜ੍ਹਾਈ ਵਿੱਚੋਂ ਛੱਡ ਕੇ ਉਹ ਘਰ ਦੇ ਕੰਮ ਚ ਫਿਓ ਦੀ ਮਦਦ ਕਰਾਉਣ ਲੱਗ ਪਏ ਜਵਾਨੀ ਚੜਦਿਆਂ ਕਰਮਾਂ ਤਾਂ ਪਾਂਡੀ ਬਣ ਕੇ ਸਮਗਲਿੰਗ ਦਾ ਮਾਲ ਢੋਣ ਲੱਗ ਪਿਆ ਤੇ ਕੋਦੂ ਜਿਸਮ ਦਾ ਤਾਜ਼ਾ ਤੇ ਹੱਡਾਂ ਦਾ ਖੁੱਲਾ ਹੋਣ ਕਰਕੇ ਪਹਿਲਵਾਨੀ ਕਰਮੇ ਦਾ ਪਾਂਡੇ ਹੀ ਹੋਣਾ ਤਾਂ ਸੁਕਰਤੇ ਆਇਆ ਹੌਲੀ ਹੌਲੀ ਉਹਨੇ ਬਲੈਕ ਦੇ ਮਾਲ ਚ ਆਪ ਹਿੱਸਾ ਪਤੀ ਰੱਖਣਾ ਸ਼ੁਰੂ ਕਰਤਾ ਅੱਜ ਹੋਰ ਕੱਲ ਹੋਰ ਤੇ ਕਰਮਾਂ ਵੀ ਲਾਗਲੇ ਕਸਬੇ ਦੇ ਚੌਂਕ ਚ ਆਪਣਾ ਮਕਾਨ ਬਣਵਾ ਕੇ ਠਾਠ ਸਿਰ ਰਹਿ ਰਿਆ ਸੀ ਡੈਰੀ ਤੇ ਮੁਰਗੀਖਾਨਾ ਖੋਲ ਰੱਖਿਆ ਸੀ ਤੇ ਉਹਦੇ ਘਰ ਪੂਰੀ ਲਹਿਰ ਵਹਿਰ ਸੀ ਤੇ ਭਲਵਾਨੀ ਕਰਦਾ ਕਰਦਾ ਧਰਮ ਸਿੰਘ ੁੱਦੂ ਦਾ ੁੱਦ ਹੀ ਰਹਿ ਗਿਆ ਸੀ ਪਿਓ ਵਾਲੀ ਹੜ ਦੀ ਜੰਗੀ ਉਹਦੇ ਹੱਥ ਸੀ ਬਾਬੇ ਝਰਲ ਨੇ ਭਾਵੇਂ ਮਖੌਲ ਨਾਲ ਹੀ ਉਹਦੇ ਦੋ ਬੰਦੇ ਬਣ ਜਾਣ ਇੱਕ ਦੇ ਹਲ ਵਾਣ ਤੇ ਦੂਜੇ ਦੇ ਪੱਠੇ ਪਾਉਣ ਦੀ ਗੱਲ ਕੀਤੀ ਸੀ ਪਰ ਕੋ ਦੂ ਸੱਚੀ ਵਾਹੀ ਚ ਦੂਨੇ ਜ਼ੋਰ ਨਾਲ ਲੱਗਾ ਲੱਗਾ ਰਿਹਾ ਸੀ ਉਹ ਆਪਣੇ ਵੱਲੋਂ ਤਾਂ ਤੇਜ਼ ਦੌੜਨ ਦਾ ਬਹੁਤ ਯਤਨ ਕਰਦਾ ਪਰ ਸੁਪਨੇ ਚ ਡਰ ਕੇ ਭੱਜਣ ਵਾਲਿਆਂ ਵਾਂਗ ਉਹ ਤਾਂ ਹਰ ਚੁੱਕਿਆ ਪੈਰ ਅੱਗੇ ਧਰੇ ਜਾਂਦਾ ਨਾ ਹੀ ਨੀ ਸੀ ਲੈਂਦਾ ਜਿਵੇਂ ਕੋਈ ਗੈਭੀ ਸ਼ਕਤੀ ਉਹਦੇ ਲੱਕ ਨੂੰ ਜਫਾ ਮਾਰੀ ਪਛਾਂਖ ਖਿੱਚੀ ਲੈ ਜਾ ਰਹੀ ਸੀ ਵੈੜਕੇ ਦਾ ਕਿਲਾ ਗੱਡਦਿਆਂ ਕੋ ਦੂਜੇੋਂ ਹੀ ਕਿੱਲੇ ਨੂੰ ਸੱਟ ਮਾਰ ਰਿਹਾ ਸੀ ਉਹਨੂੰ ਲੱਗ ਰਿਹਾ ਸੀ ਜਿਵੇਂ ਸੱਟ ਉਹਦੇ ਸਿਰ 'ਚ ਵੱਜੀ ਹੋਵੇ ਤੇ ਹੋਰ ਸੱਟ ਨਾਲ ਹੀ ਧਰਤੀ ਦੇ ਅੰਦਰ ਨਿਕਰਦਾ ਜਾ ਰਿਹਾ ਹੋਵੇ ਮਨ ਹੀ ਮਨ ਉਹ ਦੋਵਾਂ ਭਰਾਵਾਂ ਨਾਲ ਕੀਤੀ ਜਾਣ ਵਾਲੀ ਗੱਲਬਾਤ ਬਾਰੇ ਸੋਚ ਰਿਹਾ ਸੀ ਦੋਵਾਂ ਭਰਾਵਾਂ ਬਾਰੇ ਸੋਚ ਕੇ ਉਹ ਚੰਝਲਾ ਉੱਠਿਆ ਤੇ ਤੀਜੀ ਭੈਣ ਬਚਨੂ ਉਫ ਕਿਹੋ ਜੇ ਰਿਸ਼ਤੇ ਸੀ ਵੱਡੇ ਤੇ ਉਹਨੂੰ ਖਿੱਚ ਸੀ ਵੰਗਾ ਸਾਕਾਂ ਦੇ ਸਾਹਮਣੇ ਖੁਦ ਨੂੰ ਯਤੀਮ ਜਿਹਾ ਬਣਾ ਕੇ ਪੇਸ਼ ਕਰਦਾ ਸੀ ਦਾਣੇ ਲਾ ਜਾ ਕੇ ਵੀ ਜ਼ਮੀਨ ਬਾਰੇ ਇੰਜ ਕਹਿੰਦਾ ਸੀ ਜਿਵੇਂ ਕੋ ਦੂਨੂੰ ਦਾਨ ਕਰਤੀ ਹੋਵੇ ਜ਼ਮੀਨ ਕੁੱਦੂ ਤੋਂ ਛੱਡੀ ਨਹੀਂ ਸੀ ਜਾਂਦੀ ਜੇ ਛੱਡਿਆ ਉਹਦਾ ਗੁਜ਼ਾਰਾ ਨਹੀਂ ਸੀ ਹੁੰਦਾ ਪਰ ਇਹਦਾ ਮੁਫਤ ਦੇ ਆਸਾਨ ਢੇਠਾਂ ਤੋਂ ਦਬਿਆ ਵੀ ਨਹੀਂ ਸੀ ਜਾਂਦਾ ਤੇ ਕਰਮ ਸਿੰਘ ਤਾਂ ਬਰਾਬਰ ਦਾ ਹਿੱਸਾ ਹੀ ਵੰਡਾ ਕੇ ਲੈ ਜਾਂਦਾ ਸੀ ਪਰ ਇਹ ਵੀ ਇਤਰਾਜ਼ ਕਰਦਾ ਸੀ ਕਿ ਕੁੱਦੂ ਦੇ ਹੱਥਾਂ 'ਚ ਬਰਕਤ ਨਹੀਂ ਉਹਨੂੰ ਹਿੱਸੇ 'ਚ ਕੁਝ ਨਹੀਂ ਬਚਦਾ ਅੱਜਕੱਲ ਮਾਂ ਦੇ ਫੁੱਲ ਚੁੰਨਦੇ ਆ ਆਪਣੇ ਪਨਭਈਏ ਨੂੰ ਕਹਿ ਰਿਹਾ ਸੀ ਭਾਈਆ ਐਤਕੀ ਮੇਰੀ ਸਲਾਹ ਹੈ ਪਿੰਡ ਵਾਲੀ ਦੋ ਕਿੱਲੇ ਆਪ ਹੀ ਟਰੈਕਟਰ ਨਾਲ ਵਾਹ ਕੇ ਮੱਝਾਂ ਲਈ ਪੱਠੇ ਨਾ ਬੀਜ ਛੱਡਾ ਇੱਥੇ ਬੱਚ ਦਾ ਬਚਾਉਂਦਾ ਤਾਂ ਅੱਗੇ ਕੁਛ ਨਹੀਂ ਮਾੜੀ ਗੱਲ ਨਹੀਂ ਮਾੜੀ ਗੱਲ ਨਹੀਂ ਚੰਗਾ ਰਹੇਗਾ ਬੱਚਨਾਂ ਦਾ ਘਰ ਵਾਲਾ ਬੋਲਿਆ ਸੀ ਕੋਈ ਦੂ ਨੂੰ ਪਤਾ ਸੀ ਉਹ ਨੂੰ ਸੁਣਾ ਕੇ ਗੱਲਾਂ ਕਰ ਰਹੀ ਹੈ ਉਹ ਅੰਦਰੇ ਅੰਦਰ ਭਰਿਆ ਪੀਤਾ ਬੈਠਾ ਸੀ ਬੋਲਿਆ ਕੁਛ ਨਹੀਂ ਜ਼ਮੀਨ ਤਾਂ ਅੱਗੇ ਥੋੜੀ ਸੀ ਜੇ 2 ਕਿਲੋ ਵੀ ਹੱਥੇ ਤੋਂ ਨਿਕਲ ਗਏ ਉਹਨੂੰ ਫਿਕਰ ਸੀ ਆਪ ਤਾ ਗੱਲ ਕਰਨੋਂ ਝਿਜਕਦਾ ਸੀ ਲਾ ਪਾ ਕੇ ਵਿਚਲਾ ਬੰਦਾ ਭੈਣ ਭਣ ਹੋਈ ਹੈ ਅਜਾ ਪਿਓ ਸੀ ਜਿਨ੍ਹਾਂ ਨੂੰ ਆਪਣਾ ਦੁੱਖ ਦੱਸ ਸਕਦਾ ਸੀ ਉਹਨਾਂ ਦੀ ਮਦਦ ਮੰਗ ਸਕਦਾ ਸੀ ਪਰ ਪਣਵਾਯਾ ਤਾਂ ਉਹਦੇ ਸਾਹਮਣੇ ਕਰਮ ਸਿੰਘ ਨੂੰ ਜ਼ਮੀਨ ਛੁਡਾ ਲੈਣ ਲਈ ਕਹਿ ਰਿਹਾ ਸੀ ਤੇ ਭੈਣ ਬਚਨ ਨੇ ਉਹਦੀ ਮਦਦ ਕੀ ਕਰਨੀ ਸੀ ਉਹਨੂੰ ਤਾਂ ਅੱਗੇ ਇਤਰਾਜ਼ ਰਹਿੰਦਾ ਸੀ ਵੀ ਵੱਡੇ ਭਰਾ ਪਰਜਾਈ ਉਸ ਨਾਲ ਚੰਗਾ ਵਰਤਾਓ ਨਹੀਂ ਚੰਗਾ ਵਰਤਦੇ ਸਨ ਤੇ ਉਸ ਨਾਲ ਦੁੱਖ ਸੁੱਖ ਵੰਡਾਉਣ ਨੂੰ ਆਉਂਦੇ ਜਾਂਦੇ ਸੀ ਔਖੇ ਸਾਖੇ ਵੇਲੇ ਕੰਮ ਵੀ ਆਉਂਦੇ ਸੀ ਛਾਲ ਸਾਲ ਛਮਾਈ ਸੂਟ ਵੀ ਬਣਾ ਦਿੰਦੇ ਸੀ ਪਰ ਖੁਦ ਉਸੀ ਕਿ ਔਖੇ ਵੇਲੇ ਮਦਦ ਤਾਂ ਕੀ ਕਰਨੀ ਉਹਨੂੰ ਮਿਲਣ ਤਾਂ ਕੀ ਜਾਣਾ ਜੇ ਕਿਧਰੇ ਸਾਲ ਚ ਮਾਈ ਉਹਦਾ ਮੁੰਡਾ ਆ ਗਿਆ ਤਾਂ ਉਸ ਬਾਰੇ ਕਹਿੰਦੀ ਹਾਇ ਇੰਨਾ ਨਰਮ ਉਹਾ ਮੁੰਡਾ ਹੋਣ ਤੇ ਉਹ ਜਿਹੜੇ ਚਾਰੇ ਪਰੋਲੇ ਜੇ ਦਿੱਤੇ ਸੀ ਬਸ ਮੇਰੀ ਜ਼ੁਬਾਨ ਛੱਡ ਜੇ ਜੇ ਕਿਤੇ ਮੁੰਡੇ ਨੂੰ ਦੋ ਟਾਕੀਆਂ ਬਣਾ ਕੇ ਦਿੱਤੀਆਂ ਹੁਣ ਜਾ ਛਿੱਲੜੀ ਹੱਥ ਤੇ ਰੱਖਿਆ ਹੋਵੇ ਵੇਖੇ ਨਾ ਅਸੀਂ ਕਿਤੇ ਇਹਦੇ ਪੈਸੇ ਲਈ ਡਿਆ ਤੇ ਨਹੀਂ ਬੈਠੇ ਫਿਰ ਵੀ ਭੈਣ ਭਰਾ ਦਾ ਹਮਾ ਹੁੰਦਾ ਵੇਖੋ ਨਾ ਤੇ ਉਹ ਅੱਖਾਂ ਚੁੰਨੀ ਤੇ ਫੇਰਨ ਲੱਗ ਪੈਂਦੀ ਉਦੂ ਬਚਨਾਂ ਦੇ ਅੰਦਰੇ ਅੰਦਰ ਭੱਜਿਆ ਪਿਆ ਸੀ ਉਸ ਦਿਨ ਮਾਂ ਸੰਸਕਾਰ ਕਰਨ ਤੋਂ ਪਹਿਲਾਂ ਇਸ਼ਨਾਨ ਕਰਾਉਣ ਵੇਲੇ ਮਾਂ ਦੇ ਕੰਨਾਂ ਚ ਪਾਈਆਂ ਸੋਨੇ ਦੀਆਂ ਵਾਲੀਆਂ ਲਾ ਕੇ ਵਿੱਚ ਘਾਰ ਲਈ ਫਿਰ ਜਾਈ ਨੂੰ ਫੜਾਤੀਆਂ ਉਹ ਜਵੇਂ ਵਾਲੀਆਂ ਤੇ ਲੱਤ ਫੇਰਦੀ ਰਹੀ ਸੀ ਇੱਕ ਪਲ ਉਹਨੂੰ ਮਾਂ ਦੇਖੇ ਜਾਈ ਪਰ ਫਿਰ ਮਾਂ ਦਾ ਝੁਰੜੀਆਂ ਭਰਿਆ ਚਿਹਰਾ ਤੇ ਡੁੰਗੀਆਂ ਚਮਕਦੀਆਂ ਅੱਖਾਂ ਯਾਦ ਆਉਣ ਤੇ ਉਹ ਮਾਂ ਦੇ ਪਿਆਰ 'ਚ ਭਿੱਜ ਗਿਆ ਇੱਕ ਮਾਂ ਸੀ ਜਿਹਨੂੰ ਉਹਨੇ ਅੰਮ੍ਰਿਤਾਂ ਦਾ ਪਿਆਰ ਦਿੱਤਾ ਸੀ ਸਦਾ ਉਹਦੀ ਹੱਥ 'ਚ ਡੱਟ ਕੇ ਬੋਲੀ ਸੀ ਜਿਹੜੀ ਗੱਲ ਜਿਹੜੀ ਭਾਸ਼ਾ ਚ ਜਿੰਨੇ ਜ਼ੋਰ ਨਾਲ ਉਹ ਕਹਿਣਾ ਚਾਹੁੰਦਾ ਹੁੰਦਾ ਉਹਦੀ ਮਾਂ ਉਹ ਗੱਲ ਉਸ ਨਾਲੋਂ ਜ਼ੋਰਦਾਰ ਅੰਦਾਜ਼ ਚ ਕਹਿਆ ਕਰਦੀ ਸੀ ਜਿਹੜੀ ਕੁਦੂ ਬਾਰੇ ਕਹਿੰਦੀ ਸੀ ਇਹ ਤਾਂ ਮੇਰਾ ਲੋਲੜ ਪੋਤਾ ਹੈ ਭੋਲਾ ਬਾਲਾ ਸ਼ਿਵਾਂ ਮਰਗਾ ਤੁਸ ਤਾਂ ਸਭ ਕਾਂਟੇ ਹੋ ਕੁਦੂ ਨੂੰ ਅਫਸੋਸ ਸੀ ਕਿ ਮਰਦੀ ਹੋਈ ਮਾਂ ਦੇ ਕੋਲ ਨਹੀਂ ਸੀ ساری ਉਮਰ ਤਾਂ ਉਹਦੇ ਕੋਲ ਰਹੀ ਪਰ ਮਰਨ ਸਮੇ ਉਸ ਕੋਲੋਂ ਚਲੀ ਗਈ 2 ਮਹੀਨੇ ਹੋਏ ਉਹਨੂੰ ਅਚਾਨਕ ਬੁੱਲਾ ਵੱਜ ਗਿਆ ਆਸਾ ਮਾਰਿਆ ਗਿਆ ਤੋਂ ਸਵਰਨ ਸਿੰਘ ਮਾਂ ਦਾ ਪਤਾ ਕਰਨ ਆਇਆ ਤਾਂ ਉਹ ਮਾਂ ਦੇ ਵਰਜਦਿਆਂ ਵੀ ਉਹਨੂੰ ਨਾਲ ਆਪਣੇ ਸ਼ਹਿਰ ਲੈ ਗਿਆ ਤਾਂ ਕਿ ਉਹਨੂੰ ਵੱਡੇ ਹਸਪਤਾਲ 'ਚ ਦਾਖਲ ਕਰਵਾ ਕੇ ਇਲਾਜ ਕਰਵਾ ਸਕੇ ਲਗਭਗ ਡੇਢ ਮਹੀਨਾ ਇਲਾਜ ਚੱਲਦਾ ਰਿਹਾ ਪਰ ਬੁਢੜਾ ਤੇ ਕਮਜ਼ੋਰ ਸਰੀਰ ਬਿਮਾਰੀ ਦੀ ਮਾਰ ਨਾ ਝੱਲ ਸਕਿਆ ਤੇ ਰਹਿ ਗਿਆ ਅਸੀਂ ਬਾਕੀ ਬੁਢੜਾ ਕਿਸ਼ਨ ਸਿੰਘ ਜਿਹੜਾ ਉਹਦੀਆਂ ਔਖੀਆਂ ਨੂੰ ਸਮਝਦਾ ਸੀ ਉਹਦੀ ਤੰਗੀ ਜਿਹਦੀ ਆਪਣੀ ਤੰਗੀ ਸੀ ਉਹਨੇ ਆਪ ਜੋ ਸਾਰੀ ਉਮਰ ਕਿਸਾਨ ਦੀ ਜੀਉਂ ਭੋਗੀ ਸੀ ਪਰ ਉਹ ਵਿਚਾਰਾ ਇੰਨਾ ਨਿਰਮਾਨ ਤੇ ਦੱਬੂ ਜੱਟ ਸੀ ਕਿ ਇੰਜ ਕਹਿ ਲਈਏ ਕਿ ਉਹਦੇ ਵੱਡੇ ਪੁੱਤਾਂ ਦੇ ਪੈਸੇ ਦਾ ਜਵਾ ਉਹ ਤੇ ਕਿੰਜ ਬੈਠਾ ਕਿ ਉਹ ਵਾਸਰ ਕੇ ਕੋਈ ਗੱਲ ਉਹਨਾਂ ਨੂੰ ਕਹੀ ਨਹੀਂ ਸੀ ਸਕਦਾ ਉਹ ਮਾਂ ਦੇ ਅਸ਼ਿਵ ਜੀ ਇੱਥੇ ਕਿਲੇ ਨੋਈ ਠਕ ਠਕ ਕਰੀ ਜਾਣਾ ਅਸੀਂ ਹੋਰ ਵੀ ਕੰਮ ਕਰਨਾ ਹੈ ਕਰਮ ਸਿੰਘ ਨੇ ਖੁਦ ਨੂੰ ਆਵਾਜ਼ ਮਾਰੀ ਖੁਦੋ ਮਿੱਟੀ ਨਾਲ ਬڑے ਹੱਥ ਤੇੜ ਦੀ ਚਾਦਰ ਨਾਲ ਪਹੁੰਚਾ ਉੱਠ ਖੜਾ ਹੋਇਆ ਹੌਲੀ-ਹੌਲੀ ਤੁਰਦਾ ਡਿਊਟੀ ਚ ਆ ਕੇ ਉਹਨਾਂ ਕੋਲ ਖੜਾ ਹੋ ਗਿਆ। ਬਹਿ ਜਾ ਕਰਮ ਸਿੰਘ ਨੇ ਖੁੱਦ ਨੂੰ ਮੰਜੇ ਤੇ ਬੈਠ ਜਾਣ ਲਈ ਕਿਹਾ। ਬਚਨੋ ਵੀ ਬੁੱਕਲ ਸਵਾਰ ਦੀ ਪਿਓ ਦੀ ਫੁਆੰਦੀ ਆ ਬੈਠੀ। ਬਜ਼ੁਰਗਾ ਭਾਜੀ ਰਾਤੀ ਮੇਰੇ ਕੋਲ ਆ ਗਏ ਸੀ। ਅਸੀਂ ਤੁਹਾਡੇ ਨਾਲ مشਵਰਾ ਕਰਨਾ ਹੈ। ਕਰੋ ਵੀ مشਵਰਾ। ਜਿਹੜਾ ਕਰਨਾ ਕੀ ਗੱਲ ਹੈ? ਮਿਸ਼ਨ ਸਿੰਘ ਨੇ ਹੌਲੀ ਜੀ ਦਾੜੀ ਖੁਰਕੀ। ਵੇਖ ਸਲਾਹ ਨਾਲ ਰਲ ਕੇ। ਆਪੇ ਅਸੀਂ ਵਿੱਚ ਅੱਪੇ ਚਾਸੀ ਜਿਹੜੀ ਗੱਲ ਕਰਾਂਗੇ ਉਹਦੇ ਨਾਲ ਦੀ ਰੀਸ ਨਹੀਂ ਕਰਮ ਸਿੰਘ ਇੱਕ ਪਲ ਚੁਕਿਆ ਤੇ ਸਾਰਿਆਂ ਨੇ ਸਾਰਿਆਂ ਦੇ ਚਿਹਰਿਆਂ ਵੱਲ ਤੱਕਿਆ ਫਿਰ ਖੰਘੂਰਾ ਮਾਰ ਕੇ ਬੋਲਿਆ ਗੱਲ ਇੱਕ ਤਾਂ ਇਹ ਆ ਮਾਂ ਕਿ ਮਾਂ ਦਾ ਕੱਠ ਕਰਨਾ ਗੱਜ ਵਜਾ ਕੇ ਗੱਲ ਇੱਕ ਤਾਂ ਇਹ ਹੈ ਕਿ ਮਾਂ ਦਾ ਕੱਟ ਕਰਨਾ ਹੈ ਗੱਲ ਗੱਜ ਵਜਾ ਕੇ ਸਾਡੇ ਸਾਰੇ ਅੰਗ ਸਾਖਸਦਣੇ ਨੇ ਤੇ ਬੁੱਢੜੀ ਕਰਮਾਂ ਵਾਲੀ ਦੋਤਿਆਂ ਪੋਤਿਆਂ ਵਾਲੀ ਹੋ ਕੇ ਉਮਰ ਭੋਕੇ ਗਈ ਆ ਉਹਨੂੰ ਵੱਡਿਆਂ ਕਰਨਾ ਹੈਂ ਕੀ ਸਲਾਹ ਪੁੱਤ ਮੇਰੀ ਸਲਾਹ ਕੀ ਹੋਣੀ ਹੈ ਸਾਡੇ ਅਰਗੇ ਛੋਟੇ ਬੰਦਿਆਂ ਨੂੰ ਕਾਦਾ ਵੱਡਾ ਕਰਨਾ ਹੋਇਆ ਵਿਸ਼ਨ ਸਿੰਘ ਨੇ ਟੁੱਟੀ ਵਾਰ ਸੀ ਮੈਂ ਵੀ ਕਰਮ ਸਿੰਘ ਨੂੰ ਕਿਹਾ ਫਜ਼ੂਲ ਖਰਚੀਏ ਮੰਦਾ ਹੀ ਨਹੀਂ ਸਵਰਨ ਸਿੰਘ ਨੇ رائے ਦਿੱਤੀ ਉਹ ਪਾ ਜੀ ਭਾਈਚਾਰਾ ਕੀ ਆਖੂ ਚੰਗੇ ਭਲੇ ਪੁੱਤ ਕਮਾਉਂਦੇ ਪੈਸੇ ਵਾਲੇ ਕੀ ਮਰੀ ਪੈਗੀ ਤੁਹਾਡੇ ਪੜਿਆਂ ਲਿਖਿਆਂ ਲਈ ਹੋ ਫਜ਼ੂਲ ਖਰਚ ਤੁਹਾਨੂੰ ਕੀ ਦੁੱਸਰਾ ਸ਼ਹਿਰ ਰਹਿਣਾ ਹੈ ਮੈਨੇ ਤਾਂ ਸਾਨੂੰ ਵਜਣੀ ਕਰਮ ਸਿੰਘ ਅਜੇ ਬੋਲ ਹੀ ਰਿਹਾ ਸੀ ਕਿ ਬਚਨੋ ਦੀਆਂ ਬਚਨੋ ਦੀਆਂ ਗੱਲਾਂ ਟੁੱਕ ਕੇ ਬੋਲ ਪਈ ਆਹੋ ਨਹੀਂ ਨਹੀਂ ਬਾਜੀ ਤੁਸੀਂ ਵੀ ਕਿਉਂ ਜੀਆਂ ਗੱਲਾਂ ਕਰਦੇ ਹੋ ਬਚਨੋ ਸਵਰਨ ਸਿੰਘ ਨੂੰ ਤਿੱਖੀ ਹੋ ਕੇ ਪਈ ਪਾਉ ਕਰਮ ਸਿੰਘ ਠੀਕ ਆਂਦਾ ਉਧਰ ਮੇਰੇ ਸਹੁਰੇ ਤਾਂ ਤਿਆਰੀਆਂ ਵੀ ਕੱਸੀ ਬੈਠੇ ਆ ਮੈਨੂੰ ਤਾਂ ਦਰਾਣੀਆਂ ਜਠਾਣੀਆਂ ਛਿਬੀਆਂ ਦੇ ਦੇ ਮਾਰ ਛੱਡਣਾ ਕੁਦੂ ਨੂੰ ਪਤਾ ਸੀ ਵਿਸ਼ਨ ਸਿੰਘ ਦੇ ਰਾਈ ਗੱਲ ਉਸ ਨਾਲ ਹੀ ਹੋ ਰਹੀ ਹੈ ਉਦੋਂ ਜੀ ਕੀਤਾ ਬਚਨਾਂ ਦੇ ਵੱਟ ਕੇ ਚਪੇੜ ਮਾਰੇ ਸਵਰਨ ਸਿੰਘ ਠੀਕ ਹੀ ਕਹਿ ਰਿਹਾ ਸੀ ਕਿ ਉਹ ਫਜ਼ੂਲ ਖਰਚੀ ਹੈ ਕੁਦ ਦੋਨੋਂ ਆਪਣਾ ਘਰ ਦੇ ਸਿਰਿਆ ਸੀ ਵੇਖੋ ਭਾਈ ਮੈਂ ਪਿੱਛੇ ਤਾਂ ਨਹੀਂ ਹਟਣਾ ਜਿੰਨਾ ਖਰਚ ਮੇਰੇ ਹਿੱਸੇ ਆਉਂਦਾ ਦੱਸ ਦਿਓ 68 ਪਰ ਮੇਰਾ ਸਵਰਨ ਸਿੰਘ ਬੋਲਿਆ ਕੁਦ ਦੋਨੋਂ ਆਸੀ ਸਵਰਨ ਸਿੰਘ ਇਹਦੇ ਵਿਰੋਧ ਚ ਡਟੇਗਾ ਪਰ ਉਹਦੇ ਸਹਾਰੇ ਦੀ ਲੱਜ ਛੇਤੀ ਉਹਦੇ ਹੱਥੋਂ ਡਿੱਗ ਪਈ ਤੇ ਉਹ ਸੋਚਾਂ ਤੇ ਫਿਕਰਾਂ ਦੇ ਖੂਚ ਢੰਗ ਡਿੱਗ ਪਿਆ ਉੱਤੋਂ ਖਰਿਆ ਸੀ ਤੇ ਉਹਦੇ ਅੰਦਰ ਹੀ ਅੰਦਰ ਤੂੰ ਆ ਇਕੱਠਾ ਹੋ ਰਿਹਾ ਸੀ 5-7000 ਦਾ ਸਹੇਜੇ ਲੱਗ ਜੂ ਨਾਲ ਭਾਜੀ ਹੋਰੀ ਕਹਿੰਦੇ ਆ 2700 ਰੁਪਿਆ ਮਾਂ ਦੀ ਬਿਮਾਰੀ ਤੇ ਇਹਨਾ ਖਰਚ ਕੀਤਾ ਪਰ ਤਿੰਨਾਂ ਨੂੰ 9900 ਆਉਂਦਾ ਕਰਮ ਸਿੰਘ ਸਾਰੇ ਖਰਚ ਦਾ ਵਿਸਥਾਰ ਦੱਸ ਰਿਹਾ ਸੀ ਮਾਂ ਦੀ ਬਿਮਾਰੀ ਦਾ ਖਰਚਾ ਵੰਡੇ ਜਾਣ ਦੀ ਗੱਲ ਸੁਣ ਕੇ ਖੁੱਦ ਨੂੰ ਤੱਕਾ ਲੱਗਾ ਉਦੰਦਾ ਚ ਬੁੱਲ ਟੁਕਣ ਲੱਗਾ ਉਹਨੂੰ ਸੋਝ ਨਹੀਂ ਸੀ ਰਿਹਾ ਕਿ ਕੀ ਕਰੇ ਮਾਂ ਦੀ ਬਿਮਾਰੀ ਤੇ ਖਰਚਾ ਕਰਤਾ ਫਿਰ ਕੀ ਇਹਨੇ ਵਿਚਾਰੇ ਨੇ ਸਾਰੀ ਉਮਰ ਉਹਨੂੰ ਰੋਟੀ ਵੀ ਤਾਂ ਖਵਾਈ ਐ ਮਿਸ਼ਨ ਸਿੰਘ ਨੇ ਹਿੰਮਤ ਕਰਕੇ ਜਿਵੇਂ ਗੱਲ ਕਹਿਤੀ ਲੈ ਵੇਖਣਾ ਬਾਪੂ ਆ ਰਹੀ ਨਹੀਂ ਠੀਕ ਜਿਹਨੇ ਰੋਟੀ ਖਵਾਈ ਤਾਂ ਸਾਰੀ ਉਮਰ ਗੁਲਾਮ ਵੀ ਤਾਂ ਇਹੀ ਇਹਦਾ ਹੀ ਕਰਦੀ ਰਹੀ ਐ ਇਹਦੇ ਨਿਆਣੇ ਸਾਹਵੇਂ ਗੂਮੂ ਤੋਤਾ ਬਚਨੋ ਬੁੱਕਲ 'ਚ ਹੱਥ ਕੱਢ ਕੇ ਪੰਜਾ ਹਿਲਾ ਹਿਲਾ ਕੇ ਗੱਲਾਂ ਕਰ ਰਹੀ ਸੀ ਵੇਖੋ ਨਮਾਜ਼ ਤੇ ਹਿੱਸੇ ਦੀ ਜਾਇਦਾਦ ਵੀ ਤੇ ਫਿਰ ਇਹੋ ਖਾਂਦਾ ਤੂੰ ਤੂੰ ਚੁੱਪ ਹੋਈ ਕਰ ਵੱਡੀ ਵਕੀਲਣੀ ਆ ਗਈ ਕੋ ਦੁੱ ਚਮਕੇ ਪਿਆ ਉਹਦੀਆਂ ਨਸਾਂ ਫਰਕ ਰਗੀਆਂ ਸੀ ਇੰਨੀ ਠੰਡ ਚ ਵੀ ਉਹਦਾ ਮੱਥਾ ਭਖ ਰਿਆ ਸੀ ਲੈ ਮੈਂ ਨਹੀਂ ਬੰਦੀ ਵੇਖੇ ਨਾ ਇਹਨੂੰ ਤਾਂ ਮੈਨੂੰ ਤਾਂ ਜ਼ਹਿਰ ਲੱਗਦੀ ਐ ਨਿਰੀ ਵੇਖੇ ਨਾ ਲੈ ਮੈਂ ਮੈਂ ਬੈਣੀ ਐ ਬੱਚ ਨੂੰ ਹੱਥ ਮਾਰਦੀ ਗੁੱਸੇ ਚ ਉੱਬਲਦੀ ਤੁਰ ਗਈ ਤਣਾਅ ਵਾਲਾ ਮਾਹੌਲ ਪਾਣ ਜਾਣ ਕਰਕੇ ਕਰਮ ਸਿੰਘ ਨੇ ਕੱਲ ਟਾਲਣੀ ਚਾਹੀ ਕਿ ਬਚਨ ਨੂੰ ਮੂੰਹ ਭਾਗੇ ਫਿਰ ਬੋਲ ਬਈ ਵੇਖੋ ਨਾ ਮੇਰਾ ਹਿੱਸਾ ਵੀ ਹੈ ਇਹ ਤਾਂ ਜ਼ਮੀਨ 'ਚ ਤੂੰ ਬਹੁਤਾ ਆਇਆ ਵਕੀਲਣੀ ਤੇ ਵਕੀਲਨੀ ਸਹੀ ਚਲੋ ਛੱਡੋ ਬਾਕੀ ਗੱਲਾਂ ਫੇਰ ਕਰ ਲਾਂਗੇ ਸ਼ਾਂਤ ਹੋਵੋ ਤੇ ਕਰਮ ਸਿੰਘ ਐਤ ਕੀ ਸਿੱਧਾ ਕੋ ਦੋਨੋਂ ਸੰਬੋਧਨ ਹੋਇਆ ਭਾਜੀ ਕੋਲ ਤਾਂ ਟਾਈਮ ਨਹੀਂ ਬੁੱਢੜੀ ਤੇ ਫੁੱਲ ਦਸ ਤੂੰ ਗੰਗਾ ਲੈ ਕੇ ਜਾਣਾ ਜਾਂ ਮੈਂ ਦੋ ਮਿੰਟ ਕੋ ਦੋ ਚੁੱਪੂ ਬਠਰਿਆ ਉਹਦੇ ਅੰਦਰ ਨੇਕਾਂ ਵਿਚਾਰ ਇੱਕ ਦੂਜੇ ਨੂੰ ਲਟਾੜਦੇ ਹੋਏ ਕੱਟ ਵੱਢ ਕੇ ਭੱਜੇ ਜਾ ਰਹੇ ਸਨ ਪਲ ਭਰ ਲਈ ਬਾਹਰਲੀ ਧੁੰਦ ਜਿਵੇਂ ਉਹਦਾ ਤੁੰਕ ਤੁਖ ਦਾ ਅੰਦਰ ਮਚ ਗਿਆ ਹੋਵੇ ਉਹ ਇੱਕਦਮ ਉੱਠ ਕੇ ਖੜੋ ਗਿਆ ਵੇਖੋ ਜੀ ਤੁਹਾਡੇ ਤੋਂ ਕੋਈ ਗੁੱਝੀ ਛਿੱਪੀ ਗੱਲ ਨਹੀਂ ਆਪਾਂ ਮਰੇੜੇ ਆਪਣੇ ਤੋਂ ਤਾਂ ਜੀ ਨੀ ਜੇ ਗੰਗਾ ਜਾਇਆ ਜਾਣਾ ਇਹ ਪਲ ਭਰ ਲਈ ਰੁਕਿਆ ਸੰਗ ਚੁਰ ਲੰਘਾਇਆ ਤੇ ਸਿਰ ਝਟਕੇ ਬੋਲਿਆ ਜੇ ਬਹੁਤ ਹੀ ਗੱਲ ਹੈ ਤਾਂ ਬੁੱਢੜੀ ਤੇ ਫੁੱਲ ਤੁਸੀਂ ਗੰਗਾ ਪਾਓ ਤੇ ਇਹ ਬੁੱਢੜਾ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਬੈਠਾ ਜਿਉਂਦਾ ਜਾਗਦਾ ਉਸ ਵਿਸ਼ਨ ਸਿੰਘ ਵੱਲ ਇਸ਼ਾਰਾ ਕੀਤਾ ਤੇ ਉਹਨਾਂ ਇਹਦੇ ਮੈਂ ਇਕੱਲਾ ਹੀ ਗੰਗਾ ਪਾਓ ਕਿੰਨੇ ਪਿਓ ਪੁੱਤ ਹੈਰਾਨ ਹੁੰਦੇ ਉਹਦੇ ਮੂੰਹ ਹਲ ਵੇਖੇ ਜਾ ਰਹੇ ਸਨ ਪਰ ਰੁਕਿਆ ਸੱਚੀ ਗੱਲ ਆ ਅਜੇ ਆਪਣੀ ਬਹੁਤੀ ਪੁੱਜਤ ਨਹੀਂ ਤੇ ਜੀ ਸੌਦਾ ਵੀ ਨਹੀਂ ਮੰਜ਼ੂਰ ਤਾਂ ਸਰਦਾਰ ਜੀ ਆ ਕਿੱਲੇ ਤੇ ਮੇਰੀ ਤੀਜੀ ਹਿੱਸੇ ਦੇ ਭੁੱਲ ਗਿਆ ਕਿ ਕਿ ਤੰਗ ਲਿਓ ਜਦੋਂ ਮੇਰੀ ਪਹੁੰਚ ਹੋਈ ਮੈਂ ਆ ਪਿਆ ਰੋ ਤੇ ਉਹ ਕਹਿੰਦੇ ਆ ਉਹਨਾਂ ਦੇ ਵਿੰਦੇ ਆ ਵਿੰਦੇ ਆ ਮੂੰਹ ਕੁੱਟ ਕੇ ਅੰਦਰ ਲਾ ਕੇ ਧੰਵਾ